ਡਿਪਟੀ ਸਾਹਿਬ, ਕਿਉਂਕਿ ਲਗਾਤਾਰ ਚੰਡੀਗੜ੍ਹ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਠੱਲ ਪਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹ ਜਿਹੜੇ ਹੁੰਦੇ ਨੇ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਆਉਂਦੇ ਅਤੇ ਸਪਲਾਈ ਕਰਨ ਤੋਂ ਬਾਅਦ ਇਹ ਨਿਕਲ ਜਾਂਦੇ ਨੇ। ਇਹਦੇ ਵਿੱਚ ਇਨਫੋਰਮੇਸ਼ਨ ਕੀ ਸੀ ਅਤੇ ਰਿਕਵਰੀ ਕੀ ਹੈ? ਦੇਖੋ, ਇਨਫੋਰਮੇਸ਼ਨ ਸਾਡੀ ਚਾਂਸ ਰਿਕਵਰੀ ਹੈ, ਪਹਿਲੀ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਦੇ ਵਿੱਚ। ਥਾਣੇ 31 ਦੀ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ 3BRD ਦੇ ਕੋਲ। ਇੱਕ ਸਵਿਫਟ ਡਿਜ਼ਾਇਰ ਗੱਡੀ ਆਈ ਜਿਹ 'ਚ 3 ਯੂਥ ਸੀਗੇ। ਗੱਡੀ ਚੈਕਿੰਗ ਦੀ ਆਪਾਂ ਵੈਸੇ ਵੀ, ਕਿਉਂਕਿ ਸਨੈਚਿੰਗ ਹੋ ਰਹੀਆਂ, ਹੋਰ ਵਾਰਦਾਤਾਂ ਹੋ ਰਹੀਆਂ, ਚੈਕਿੰਗ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਉਹ ਚੱਲ ਰਹੀ ਸੀਗੀ। ਅਤੇ ਜਿਹੜਾ ਯੂਥ ਡਰਾਈਵ ਕਰ ਰਿਹਾ ਸੀਗਾ, ਇਹ ਆਪਣਾ ਦਰਵਾਜ਼ੇ ਤੋਂ ਬਾਹਰ ਆ ਕੇ ਕੋਈ ਚੀਜ਼ ਸੱਟਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅਤੇ ਜਿਹਨੂੰ ਕਾਬੂ ਕੀਤਾ ਗਿਆ, ਉਹਦੇ ਕੋਲੋਂ ਚਿੱਟਾ ਬਰਾਮਦ ਹੋਇਆ। ਇਹਦੇ ਨਾਲ ਦਾ ਜਿਹੜਾ ਮੁੰਡਾ ਅੱਗੇ ਬੈਠਾ ਸੀ, ਉਹਨੇ ਵੀ ਸੇਮ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਵੀ ਚਿੱਟਾ ਬਰਾਮਦ ਹੋਇਆ। ਤੀਜਾ ਬੰਦਾ ਜਿਹੜਾ ਸ਼ਿਤਜ ਹੈ, ਉਹ ਵੀ ਇਹਨਾਂ ਦੇ ਨਾਲ ਸੀਗਾ, ਕਿਉਂਕਿ ਲੋਕਲ ਹੈਲੋ ਮਾਜਰੇ ਦਾ। ਜਿਹੜਾ ਪਹਿਲਾਂ ਸੁਦੀਪ ਹੈ, ਇਹ ਆਪਣਾ ਕੁਰੂਕਸ਼ੇਤਰਾ ਦਾ ਰਹਿਣ ਵਾਲਾ ਹੈ। ਉਹ ਜਿਹੜਾ ਰਵਦੀਪ ਹੈ, ਇਹ ਹਿਸਾਰ ਨੂੰ ਬਿਲੋਂਗ ਕਰਦਾ, ਬਰਵਾਲਾ ਪਿੰਡ ਤੋਂ। ਔਰ ਇਹ ਦੋਨੋਂ ਹੀ ਮਰਡਰ ਕੇਸ ਦੇ ਵਿੱਚ ਬੇਲ ਦੇ ਉੱਪਰ ਹੈਗੇ ਨੇ। 2019 ਦਾ 20 ਨੰਬਰ ਮੁਕੱਦਮਾ ਹੈਗਾ 49 ਸੈਕਟਰ ਦਾ। ਉਹਦੇ 'ਚ ਇਹਨਾਂ ਨੇ ਇੱਕ ਸਟੂਡੈਂਟ ਸੀਗਾ ਵਿਸ਼ਾਲ ਚਿੱਲਰ ਨਾਮ ਦਾ, ਉਹਦਾ ਮਰਡਰ ਕੀਤਾ ਸੀਗਾ ਹੋਰ ਸਾਥੀਆਂ ਦੇ ਨਾਲ ਮਿਲ ਕੇ। ਇਹ ਉਹਦੇ ਵਿੱਚੋਂ ਕੇਸ 'ਚ ਬੇਲ 'ਚ ਆਏ, ਬੜੈਲ ਜੇਲ੍ਹ 'ਚ ਸੀਗੇ। ਜਿਹੜਾ ਸ਼ਿਤਜ ਹੈਗਾ, ਚੈਰੀ ਨਾਮ ਛੋਟਾ ਇਹਦਾ, ਹੈਲੋ ਮਾਜਰੇ ਦਾ, ਇਹ ਵੀ ਆਪਣਾ 307 ਦਾ ਮੁਕੱਦਮਾ ਹੈਗਾ ਥਾਣੇ 17 ਦਾ, ਉਹਦੇ ਵਿੱਚ ਇਹ ਬੜੈਲ ਜੇਲ੍ਹ 'ਚ ਸੀਗਾ। ਅਤੇ ਸਰ, ਕਹਿ ਸਕਦੇ ਹਾਂ ਕਿ ਤਿੰਨੋਂ ਜਿਹੜੀ ਹੈਗੀ, ਇਹਨਾਂ ਦਾ ਜਿਹੜਾ ਆਪਸੀ ਮਿਲਾਨ ਹੋਇਆ ਉਹ ਜੇਲ੍ਹ ਦੇ ਵਿੱਚ ਹੋਇਆ, ਔਰ ਬੜਾ ਈਜ਼ੀ ਕਹਿ ਸਕਦੇ ਹਾਂ ਕਿ ਜਿੱਦਾਂ ਤੁਸੀਂ ਵੀ ਕਿਹਾ ਕਿ ਈਜ਼ੀ ਜਿਹੜੀ ਇਹ ਚੀਜ਼ਾਂ ਹੁੰਦੀ ਹੈ ਕਿ ਬਸ ਤੁਸੀਂ ਡਿਲੀਵਰ ਕਰੋ, ਪੈਸੇ ਕਮਾਓ? ਅਤੇ ਨਹੀਂ, ਜਿਹੜੇ ਦੋਨੋਂ ਸੁਦੀਪ ਅਤੇ ਰਵਦੀਪ, ਇਹ ਪੁਰਾਣੇ ਜਾਣਦੇ ਸੀ, DAV ਕਾਲਜ ਦੋਨੋਂ ਸਟੂਡੈਂਟ ਸੀ, ਐਡਮਿਸ਼ਨ ਸੀਗੀ। ਸੁਦੀਪ ਉਹਦਾ ਸੀਨੀਅਰ ਸੀਗਾ, ਸਾਲ 2 ਉਹਦਾ ਸੀਨੀਅਰ ਸੀਗਾ, ਅਤੇ ਰਵਦੀਪ ਵੀ ਇਨਸੋ ਪਾਰਟੀ ਨੂੰ ਬਿਲੋਂਗ ਕਰਦੇ ਸੀ ਯੂਥ ਦੇ। ਵਿਸ਼ਾਲ ਚਿੱਲਰ ਵੀ ਇਨਸੋ ਦਾ ਸੀਗਾ, ਕੋਈ ਇਹਨਾਂ ਦੀ ਝਗੜਾ ਪਹਿਲੇ ਹੋਇਆ ਤਾਂ ਇਸ ਕਰਕੇ ਇਹਦਾ ਦੋਨੋਂ ਜਾਣਕਾਰ ਸੀ। ਸ਼ਿਤੇ ਦੀ ਮੁਲਾਕਾਤ ਬੜੈਲ ਜੇਲ੍ਹ 'ਚ ਹੋਈ ਇਹਨਾਂ ਨਾਲ, ਅਤੇ ਆਪਸ 'ਚ, ਕਿਉਂਕਿ ਉਹ ਵੀ 307 ਦੇ ਮੁਕੱਦਮੇ ਸੀਗਾ ਅਤੇ ਇਹਨਾਂ ਦੀ ਦੋਸਤੀ ਬਣ ਗਈ। ਅਤੇ ਅੰਦਰ ਬੜੈਲ ਜੇਲ੍ਹ 'ਚ ਹਰ ਤਰ੍ਹਾਂ ਦਾ ਆਪਣਾ ਅੰਡਰ ਟਰਾਇਲ ਉੱਥੇ ਹੈਗੇ ਨੇ, ਕਨਵਿਕਟਿਡ ਵੀ ਹੈ ਅਤੇ ਅੰਡਰ ਟਰਾਇਲ ਵੀ ਹੈ, ਜਿਹਦੇ 'ਚ ਡਰੱਗਸ ਰਿਲੇਟਡ ਵੀ ਹੈ, ਮਰਡਰ ਵਾਲੇ ਵੀ ਹੈ, ਚੀਟਿੰਗ ਵਾਲੇ ਵੀ ਹੈ, ਹਰ ਪ੍ਰਕਾਰ ਦੇ ਜੁਰਮ ਵਾਲੇ ਹੈਗੇ ਨੇ। ਅਤੇ ਕੋਈ ਨਾ ਕੋਈ ਉੱਥੇ ਇਹਨਾਂ ਦਾ ਮੈਂਟਰ ਬਣੀ ਜਾਂਦਾ, ਕੋਈ ਨਾ ਕੋਈ ਇਹਨਾਂ ਨੂੰ ਇਹ ਵੀ ਗੱਲ ਆ ਜਾਂਦੀ ਹੈ ਵੀ ਆਪਾਂ ਕੋਈ ਸੌਖਾ ਤਰੀਕਾ ਦੇਖੀਏ ਜਿਹਦੇ 'ਚ ਕੈਸ਼ ਜਲਦੀ ਮਿਲੇ, ਤੀਜੇ ਬੰਦੇ ਨੂੰ ਅੱਗੇ ਰੱਖ ਕੇ ਆ ਪਿੱਛੇ ਬਚੇ ਰਹੀਏ। ਅਤੇ ਉਸੀ ਆਧਾਰ ਦੇ ਵਿੱਚ ਇਹਨਾਂ ਨੇ ਇੱਕ ਡਰੱਗਸ ਦੀ ਤਸਕਰੀ ਦਾ ਜਿਹੜਾ ਕਿ ਵੇਚਣ ਦਾ ਕੰਮ, ਇਹਦਾ ਬੜਾ ਸਟਾਰਟ। ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਸਰ? ਇਹ ਮਹੀਨਾ 2 ਹੀ ਕਰ ਰਹੇ ਸੀ ਅਜੇ, ਜਿੰਨੀ ਫਿਲਹਾਲ ਪੁੱਛਗਿੱਛ ਆਈ ਹੈ, ਮੈਂ 2 ਮਹੀਨੇ ਤੋਂ ਅਜੇ ਸ਼ੁਰੂ ਕੀਤਾ। ਕਈ ਵਾਰੀ ਚੀਜ਼ਾਂ ਹੁੰਦੀਆਂ ਕਿ ਜਿਹੜੇ ਵੱਡੇ ਨਸ਼ਾ ਤਸਕਰ ਹੈ, ਵੱਡੇ ਮਗਰਮੱਛ ਹੈ, ਉਹ ਨਿਕਲ ਜਾਂਦੇ ਨੇ, ਛੋਟੇ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਫੜਦੇ ਹੈ। ਤਾਂ ਹੁਣ ਫਾਰਵਰਡ ਅਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ, ਉਸ ਗੱਲ ਦੀ ਕੋਈ ਨਹੀਂ? ਦੇਖੋ, ਆਪਾਂ ਸਾਰੇ ਪਹਿਲੂ ਦੇਖ ਰਹੇ ਹਾਂ, ਇਹ ਜਿਹੜੇ ਡਰੱਗਸ ਦੇ ਵਿੱਚ ਜਿਹੜਾ ਕੰਜ਼ਿਊਮਰ ਕੌਣ ਹੈ, ਉਹ ਵੀ ਬਹੁਤ ਇੰਪੋਰਟੈਂਟ ਹੈ, ਤਾਂ ਕਿ ਉਹਨੂੰ ਇਸ ਲੱਤ ਤੋਂ ਬਾਹਰ ਲਿਆ ਜਾ ਸਕੇ। ਨੰਬਰ 2, ਉਹਦੇ 'ਚ ਸਬ ਡੀਲਰ ਵੀ ਹੋ ਸਕਦਾ। ਫਿਰ ਜਿਹੜਾ ਮੇਨ, ਜਿਹੜੇ ਇਹ ਜਿਹੜੀ ਛੋਟੀ ਕੁਆਂਟਿਟੀ ਜਿਹੜੀ ਆਪਣੀ ਲੈ ਕੇ ਆਉਂਦੇ ਨੇ, ਜਿਵੇਂ ਹੁਣ 32.18, ਉਹ ਇਹ ਕਰੇ 50 ਗ੍ਰਾਮ ਲੈ ਕੇ ਆਏ ਸੀ ਆਪਾਂ ਲੁਧਿਆਣੇ ਤੋਂ, ਅਤੇ ਕੁਛ ਉਹਨਾਂ ਨੇ ਸੇਲ ਕਰਤੀ ਸੀਗੀ, ਜਿਹੜਾ ਕੋਈ ਡਰੱਗ ਬਣੀ ਹੋਈ ਹੈ ਜਿਹੜੀ ਰਿਕਵਰ ਹੋਈ ਹੈ। ਅੱਗੇ ਫਿਰ ਆਹ ਦੇਖਦੇ ਨੇ ਵੀ ਜਿਹੜਾ ਪਿੱਛੋਂ ਜਿਹੜਾ ਸੋਰਸ ਹੁੰਦਾ, ਉਹ ਵੀ ਇੱਕ ਕਿਸਮ ਦਾ ਜਿਹੜਾ, ਉਹ ਵੀ ਇੱਕ ਸਬ ਡੀਲਰ ਹੀ ਹੁੰਦਾ। ਇਟਸ ਨੋਟ ਅ ਮੇਜਰ, ਵੀ ਪਿੱਛੋਂ ਵੱਡਾ ਨੈਕਸਸ ਕਹਿ ਸਕਦੇ ਹਾਂ, ਵੱਡਾ ਨੈਕਸਸ ਆ, ਇੱਕ ਤਾਂ ਚੇਨ ਆਫ ਨੈਕਸਸ ਹੈਗੇ ਨੇ, ਉਹਦੀ ਅਲੱਗ 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 ਜਗ੍ਹਾ ਤੋਂ ਜਿਹੜੀ ਚੀਜ਼ ਈਵੈਂਟ ਆ ਰਹੀ ਹੈ। ਜਿਹੜਾ ਬੰਦਾ ਇੱਕ ਛੋਟੀ ਜਿਹੜੀ ਸਪਲਾਈ, ਜੇ 50 ਗ੍ਰਾਮ ਦੇ ਰਿਹਾ, ਹੋ ਸਕਦਾ ਕੋਈ ਕੁਆਂਟਿਟੀ ਹੋਰ ਵੀ ਹੋਏਗੀ, 100 ਗ੍ਰਾਮ ਵੀ ਦੇ ਸਕਦਾ, ਇਸ ਵਾਰ ਉਹਨੂੰ ਤਾਂ ਪੈਸੇ ਦਾ ਨਾ ਮਤਲਬ ਹੈ। ਅਤੇ ਜੋ ਇਹਦਾ ਇਹਨਾਂ ਨੂੰ ਪੁੱਛਿਆ ਗਿਆ ਵੀ ਕੀ ਇਹਦਾ ਰੇਟ ਵਗੈਰਾ, ਕਹਿੰਦਾ ਜੀ 25,000 ਤੋਂ 30,000 10 ਗ੍ਰਾਮ ਦਾ ਹੈਗਾ ਰੇਟ, ਅਤੇ ਅੱਗੇ ਇਹ ਆਪਣਾ 5-10 ਹਜ਼ਾਰ ਹੋਰ ਐਡ ਕਰਕੇ ਅੱਗੇ ਸਪਲਾਈ ਕਰ ਦਿੰਦੇ। ਇਹ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇ, ਜਿਹਨਾਂ ਦੇ ਵੀ ਨਾਂ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਵੀ? ਹਾਂ ਬਿਲਕੁਲ ਜੀ, ਉਹਦੇ ਕਰ ਰਹੇ ਜੀ, ਪਹਿਲੋਂ ਜਿੰਨੇ ਵੀ ਇਹਨਾਂ ਦੇ ਸਾਨੂੰ ਡਿਟੇਲਸ ਮਿਲਣਗੀਆਂ,
ਜੋ ਫਿਲਹਾਲ ਸਾਡੇ ਕੋਲ ਆ ਚੁੱਕੇ ਮੈਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ, ਉਹ ਸਾਰੇ ਪਹਿਲੂ ਇਹ 'ਚ ਇਨਵੈਸਟੀਗੇਟ ਕਰਕੇ ਉਹਨਾਂ ਨੂੰ ਵੀ ਇਹਦੇ 'ਚ ਕੇਸ ਲਿਆਂਦਾ ਜਾਏਗਾ ਅਤੇ ਅਰੈਸਟ ਕੀਤਾ ਜਾਏਗਾ। ਅਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਜਾ ਰਹੀ ਹੈ, ਜੋ ਵੀ ਜਿਹੜੇ ਵੱਡੇ ਨਸ਼ਾ ਤਸਕਰ ਨੇ ਜਾਂ ਫਿਰ ਜਿਹੜੇ ਵੀ ਚੇਨ ਆਫ ਨੈਕਸਸ ਹੈ ਇਸ ਨੂੰ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਕਈ ਖੁਲਾਸੇ ਇਹਨਾਂ ਵੱਲੋਂ ਕੀਤੇ ਗਏ ਨੇ ਅਤੇ ਉਹਦੇ ਵਿੱਚ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਡਰੱਗਸ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਠੱਲ ਪਾਈ ਗਈ ਹੈ ਔਰ ਇਹਦੇ ਵਿੱਚ ਗ੍ਰਿਫਤਾਰੀਆਂ ਵੀ ਲਗਾਤਾਰ ਜਾਰੀ। ਚੰਡੀਗੜ੍ਹ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ। ਚੰਡੀਗੜ੍ਹ ਪੁਲਿਸ ਦੇ 31 ਥਾਣਾ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਲਗਾਤਾਰ ਜਿਹੜੀ ਸਪਲਾਈ ਕਰਨ ਆਉਂਦੇ ਹਨ ਟ੍ਰਾਈ ਸਿਟੀ ਦੇ ਵਿੱਚ ਇਹਨਾਂ ਕੋਲੋਂ ਰਿਕਵਰੀ ਹੋਈ ਹੈ। ਸੁਦੀਪ ਪਾਹਲ ਤੇ ਸ਼ਿਤਿਸ਼ ਉਫਚੈਰੀ ਤੇ ਰਮਦੀਪ ਇਹ ਤਿੰਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ 1,500 ਕੈਸ਼ ਤੇ ਦੂਜਾ ਹੀਰੋਇਨ ਜਿਹੜੀ ਹੈ ਉਹ ਰਿਕਵਰ ਹੋਈ ਹੈ। ਲੇਕਿਨ ਇਹਦੇ ਵੀ ਸਭ ਤੋਂ ਅਹਿਮ ਹੋ ਜਾਂਦਾ ਕਿ ਕਿਸ ਤਰ੍ਹਾਂ ਇਹ ਲੋਕ ਟ੍ਰਾਈ ਸਿਟੀ ਦੇ ਵਿੱਚ ਸਪਲਾਈ ਕਰਨ ਤੋਂ ਬਾਅਦ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇੱਥੋਂ ਨਿਕਲ ਜਾਂਦੇ ਸੀਗੇ। ਸਾਡੇ ਨਾਲ ਡਿਪਟੀ ਸੁਪਰਡੈਂਟੈਂਟ ਆਫ ਪੁਲਿਸ ਤੇ SHO 31 ਨੇ। ਡਿਪਟੀ ਸਾਹਿਬ, ਕਿਉਂਕਿ ਲਗਾਤਾਰ ਚੰਡੀਗੜ੍ਹ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਠੱਲ ਪਾਉਣ ਵਾਸਤੇ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਇਹ ਜਿਹੜੇ ਹੁੰਦੇ ਨੇ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਆਉਂਦੇ ਤੇ ਸਪਲਾਈ ਕਰਨ ਤੋਂ ਬਾਅਦ ਇਹ ਨਿਕਲ ਜਾਂਦੇ ਨੇ। ਇਹਦੇ ਵਿੱਚ ਇਨਫੋਰਮੇਸ਼ਨ ਕੀ ਸੀ ਤੇ ਰਿਕਵਰੀ ਕੀ ਹੈ? ਦੇਖੋ, ਇਨਫੋਰਮੇਸ਼ਨ ਸਾਡੀ ਚਾਂਸ ਰਿਕਵਰੀ ਹੈ, ਪਹਿਲੀ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਦੇ ਵਿੱਚ। ਥਾਣੇ 31 ਦੀ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ 3BRD ਦੇ ਕੋਲ। ਇੱਕ ਸਵਿਫਟ ਡਿਜ਼ਾਇਰ ਗੱਡੀ ਆਈ ਜਿਹ 'ਚ 3 ਯੂਥ ਸੀਗੇ। ਗੱਡੀ ਚੈਕਿੰਗ ਦੀ ਆਪਾਂ ਵੈਸੇ ਵੀ, ਕਿਉਂਕਿ ਸਨੈਚਿੰਗ ਹੋ ਰਹੀਆਂ, ਹੋਰ ਵਾਰਦਾਤਾਂ ਹੋ ਰਹੀਆਂ, ਚੈਕਿੰਗ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਉਹ ਚੱਲ ਰਹੀ ਸੀਗੀ। ਅਤੇ ਜਿਹੜਾ ਯੂਥ ਡਰਾਈਵ ਕਰ ਰਿਹਾ ਸੀਗਾ, ਇਹ ਆਪਣਾ ਦਰਵਾਜ਼ੇ ਤੋਂ ਬਾਹਰ ਆ ਕੇ ਕੋਈ ਚੀਜ਼ ਸੱਟਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅਤੇ ਜਿਹਨੂੰ ਕਾਬੂ ਕੀਤਾ ਗਿਆ, ਉਹਦੇ ਕੋਲੋਂ ਚਿੱਟਾ ਬਰਾਮਦ ਹੋਇਆ। ਇਹਦੇ ਨਾਲ ਦਾ ਜਿਹੜਾ ਮੁੰਡਾ ਅੱਗੇ ਬੈਠਾ ਸੀ ਉਹਨੇ ਵੀ ਸੇਮ ਇਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਵੀ ਚਿੱਟਾ ਬਰਾਮਦ ਹੋਇਆ। ਤੀਜਾ ਬੰਦਾ ਜਿਹੜਾ ਸ਼ਿਤਿਜ ਹੈ, ਉਹ ਵੀ ਇਹਨਾਂ ਦੇ ਨਾਲ ਸੀਗਾ, ਕਿਉਂਕਿ ਲੋਕਲ ਹੈਲੋ ਮਾਜਰੇ ਦਾ। ਜਿਹੜਾ ਪਹਿਲਾਂ ਸੁਦੀਪ ਹੈ, ਇਹ ਆਪਣਾ ਕੁਰੂਕਸ਼ੇਤਰਾ ਦਾ ਰਹਿਣ ਵਾਲਾ ਹੈ। ਉਹ ਜਿਹੜਾ ਰਵਦੀਪ ਹੈ, ਇਹ ਹਿਸਾਰ ਨੂੰ ਬਿਲੋਂਗ ਕਰਦਾ, ਬਰਵਾਲਾ ਪਿੰਡ ਤੋਂ। ਔਰ ਇਹ ਦੋਨੋਂ ਹੀ ਮਰਡਰ ਕੇਸ ਦੇ ਵਿੱਚ ਬੇਲ ਦੇ ਉੱਪਰ ਹੈਗੇ ਨੇ। 2019 ਦਾ 20 ਨੰਬਰ ਮੁਕੱਦਮਾ ਹੈਗਾ 49 ਸੈਕਟਰ ਦਾ। ਉਹਦੇ 'ਚ ਇਹਨਾਂ ਨੇ ਇੱਕ ਸਟੂਡੈਂਟ ਸੀਗਾ ਵਿਸ਼ਾਲ ਚਿੱਲਰ ਨਾਮ ਦਾ, ਉਹਦਾ ਮਰਡਰ ਕੀਤਾ ਸੀਗਾ ਹੋਰ ਸਾਥੀਆਂ ਦੇ ਨਾਲ ਮਿਲ ਕੇ। ਇਹ ਉਹਦੇ ਵਿੱਚੋਂ ਕੇਸ 'ਚ ਬੇਲ 'ਚ ਆਏ, ਬੜੈਲ ਜੇਲ੍ਹ 'ਚ ਸੀਗੇ। ਜਿਹੜਾ ਸ਼ਿਤਿਜ ਹੈਗਾ, ਚੈਰੀ ਨਾਮ ਛੋਟਾ ਇਹਦਾ, ਹੈਲੋ ਮਾਜਰੇ ਦਾ, ਇਹ ਵੀ ਆਪਣਾ 307 ਦਾ ਮੁਕੱਦਮਾ ਹੈਗਾ ਥਾਣੇ 17 ਦਾ, ਉਹਦੇ ਵਿੱਚ ਇਹ ਬੜੈਲ ਜੇਲ੍ਹ 'ਚ ਸੀਗਾ। ਅਤੇ ਸਰ, ਕਹਿ ਸਕਦੇ ਹਾਂ ਕਿ ਇਹ ਤਿੰਨੋਂ ਜਿਹੜੀ ਹੈਗੀ, ਇਹਨਾਂ ਦਾ ਜਿਹੜਾ ਆਪਸੀ ਮਿਲਾਨ ਹੋਇਆ ਉਹ ਜੇਲ੍ਹ ਦੇ ਵਿੱਚ ਹੋਇਆ, ਔਰ ਬੜਾ ਈਜ਼ੀ ਕਹਿ ਸਕਦੇ ਹਾਂ ਕਿ ਜਿੱਦਾਂ ਤੁਸੀਂ ਵੀ ਕਿਹਾ ਕਿ ਈਜ਼ੀ ਜਿਹੜੀ ਇਹ ਚੀਜ਼ਾਂ ਹੁੰਦੀ ਹੈ ਕਿ ਬਸ ਤੁਸੀਂ ਡਿਲੀਵਰ ਕਰੋ, ਪੈਸੇ ਕਮਾਓ ਅਤੇ ਨਹੀਂ। ਜਿਹੜੇ ਦੋਨੋਂ ਸੁਦੀਪ ਅਤੇ ਰਵਦੀਪ, ਇਹ ਪੁਰਾਣੇ ਜਾਣਦੇ ਸੀ, DAV ਕਾਲਜ ਦੋਨੋਂ ਸਟੂਡੈਂਟ ਸੀਗੇ, ਐਡਮਿਸ਼ਨ ਸੀਗੀ। ਸੁਦੀਪ ਉਹਦਾ ਸੀਨੀਅਰ ਸੀਗਾ, 1-2 ਸਾਲ ਦਾ ਸੀਨੀਅਰ ਸੀਗਾ, ਅਤੇ ਰਵਦੀਪ ਵੀ ਇਨਸੋ ਪਾਰਟੀ ਨੂੰ ਬਿਲੋਂਗ ਕਰਦੇ ਸੀ ਯੂਥ ਦੇ। ਵਿਸ਼ਾਲ ਚਿੱਲਰ ਵੀ ਇਨਸੋ ਦਾ ਸੀਗਾ, ਕਿਉਂਕਿ ਇਹਨਾਂ ਦੀ ਝਗੜਾ ਪਹਿਲੇ ਹੋਇਆ ਅਤੇ ਇਸ ਕਰਕੇ ਇਹਦਾ ਦੋਨੋਂ ਜਾਣਕਾਰ ਸੀ। ਸ਼ਿਤੇ ਦੀ ਮੁਲਾਕਾਤ ਬੜੈਲ ਜੇਲ੍ਹ 'ਚ ਹੋਈ ਇਹਨਾਂ ਨਾਲ, ਅਤੇ ਆਪਸ 'ਚ, ਕਿਉਂਕਿ ਉਹ ਵੀ 307 ਦੇ ਮੁਕੱਦਮੇ ਸੀਗਾ ਅਤੇ ਇਹਨਾਂ ਦੀ ਦੋਸਤੀ ਬਣ ਗਈ। ਅਤੇ ਅੰਦਰ ਬੜੈਲ ਜੇਲ੍ਹ 'ਚ ਹਰ ਤਰ੍ਹਾਂ ਦਾ ਆਪਣਾ ਅੰਡਰ ਟ੍ਰਾਇਲ ਉੱਥੇ ਹੈਗੇ ਨੇ, ਕਨਵਿਕਟਿਡ ਵੀ ਹੈ ਅਤੇ ਅੰਡਰ ਟ੍ਰਾਇਲ ਵੀ ਹੈ, ਜਿਹਦੇ 'ਚ ਡਰੱਗਸ ਰਿਲੇਟਡ ਵੀ ਹੈ, ਮਰਡਰ ਵਾਲੇ ਵੀ ਹੈ, ਚੀਟਿੰਗ ਵਾਲੇ ਵੀ ਹੈ, ਹਰ ਪ੍ਰਕਾਰ ਦੇ ਜੁਰਮ ਵਾਲੇ ਹੈਗੇ ਨੇ। ਅਤੇ ਕੋਈ ਨਾ ਕੋਈ ਉੱਥੇ ਇਹਨਾਂ ਦਾ ਮੈਂਟਰ ਬਣੀ ਜਾਂਦਾ, ਕੋਈ ਨਾ ਕੋਈ ਇਹਨਾਂ ਨੂੰ ਇਹ ਵੀ ਗੱਲ ਆ ਜਾਂਦੀ ਹੈ ਵੀ ਆਪਾਂ ਕੋਈ ਸੌਖਾ ਤਰੀਕਾ ਦੇਖੀਏ ਜਿਹਦੇ 'ਚ ਕੈਸ਼ ਜਲਦੀ ਮਿਲੇ, ਤੀਜੇ ਬੰਦੇ ਨੂੰ ਅੱਗੇ ਰੱਖ ਕੇ ਆਪ ਪਿੱਛੇ ਬਚੇ ਰਹੀਏ। ਤੇ ਉਸੀ ਆਧਾਰ ਦੇ ਵਿੱਚ ਇਹਨਾਂ ਨੇ ਇੱਕ ਡਰੱਗਸ ਦੀ ਤਸਕਰੀ ਦਾ ਜਿਹੜਾ ਕਿ ਵੇਚਣ ਦਾ ਕੰਮ ਇਹਦਾ ਬੜਾ ਸਟਾਰਟ। ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਸਰ? ਇਹ ਮਹੀਨਾ 2 ਹੀ ਕਰੇ ਸੀ ਅਜੇ, ਜਿੰਨੀ ਫਿਲਹਾਲ ਪੁੱਛਗਿੱਛ ਆਈ ਹੈ, ਮੈਂ 2 ਮਹੀਨੇ ਤੋਂ ਅਜੇ ਸ਼ੁਰੂ ਕੀਤਾ। ਕਈ ਵਾਰੀ ਚੀਜ਼ਾਂ ਹੁੰਦੀਆਂ ਕਿ ਜਿਹੜੇ ਵੱਡੇ ਨਸ਼ਾ ਤਸਕਰ ਹੈ, ਵੱਡੇ ਮਗਰਮੱਛ ਹੈ, ਉਹ ਨਿਕਲ ਜਾਂਦੇ ਨੇ, ਛੋਟੇ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਫੜਦੇ ਹੈ, ਤਾਂ ਹੁਣ ਫਾਰਵਰਡ ਅਤੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਉਸਨੂੰ ਗੱਲ ਦੀ ਪੁੱਛ। ਨਹੀਂ, ਦੇਖੋ ਆਪਾਂ ਸਾਰੇ ਪਹਿਲੂ ਦੇਖ ਰਹੇ ਹਾਂ, ਇਹ ਜਿਹੜੇ ਡਰੱਗਸ ਦੇ ਵਿੱਚ ਜਿਹੜਾ ਕੰਜ਼ਿਊਮਰ ਕੌਣ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ, ਤਾਂ ਕਿ ਉਹਨੂੰ ਇਸ ਲੱਤ ਤੋਂ ਬਾਹਰ ਲਿਆ ਜਾ ਸਕੇ।
ਨੰਬਰ 2 ਉਹਦੇ 'ਚ ਸਬ ਡੀਲਰ ਵੀ ਹੋ ਸਕਦਾ। ਫਿਰ ਜਿਹੜਾ ਮੇਨ ਜਿਹੜੇ ਇਹ ਜਿਹੜੀ ਛੋਟੀ ਕੁਆਂਟਿਟੀ ਜਿਹੜੀ ਆਪਣੀ ਲੈ ਕੇ ਆਉਂਦੇ ਨੇ, ਜਿਵੇਂ ਹੁਣ 32.18 ਉਹ ਕਹਿ ਰਹੇ 50 ਗ੍ਰਾਮ ਲੈ ਕੇ ਆਏ ਸੀ ਆਪਾਂ ਲੁਧਿਆਣੇ ਤੋਂ, ਅਤੇ ਕੁਛ ਉਹਨਾਂ ਨੇ ਸੇਲ ਕਰਤੀ ਸੀਗੀ, ਜਿਹੜਾ ਵੀ ਡਰੱਗ ਬਣੀ ਹੋਈ ਹੈ ਜਿਹੜੀ ਰਿਕਵਰ ਹੋਈ ਹੈ। ਅੱਗੇ ਫਿਰ ਆਹ ਦੇਖਦੇ ਨੇ ਵੀ ਜਿਹੜਾ ਪਿੱਛੋਂ ਜਿਹੜਾ ਸੋਰਸ ਹੁੰਦਾ ਉਹ ਵੀ ਇੱਕ ਕਿਸਮ ਦਾ ਜਿਹੜਾ ਉਹ ਵੀ ਇੱਕ ਸਬ ਡੀਲਰ ਹੀ ਹੁੰਦਾ। ਇਟਸ ਨੋਟ ਅ ਮੇਜਰ ਵੀ ਪਿੱਛੋਂ ਵੱਡਾ ਨੈਕਸਸ ਕਹਿ ਸਕਦੇ, ਵੱਡਾ ਨੈਕਸਸ ਆ ਇੱਕ ਚੇਨ ਆਫ ਨੈਕਸਸ ਹੈਗੇ ਨੇ, ਉਹਦੀ ਅਲੱਗ 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 ਜਗ੍ਹਾ ਤੋਂ ਜਿਹੜੀ ਚੀਜ਼ ਈਵੈਂਟ ਆ ਰਹੀ ਹੈ। ਜਿਹੜਾ ਬੰਦਾ ਇੱਕ ਥੋੜ੍ਹੀ ਜਿਹੜੀ ਸਪਲਾਈ ਜੇ 50 ਗ੍ਰਾਮ ਦੇ ਰਿਹਾ, ਹੋ ਸਕਦਾ ਕੋਈ ਕੁਆਂਟਿਟੀ ਹੋਰ ਵੀ ਹੋਏਗੀ, 100 ਗ੍ਰਾਮ ਵੀ ਦੇ ਸਕਦਾ, ਇਸ ਵਾਰ ਉਹਨੂੰ ਤਾਂ ਪੈਸੇ ਦਾ ਮਤਲਬ ਹੈ। ਅਤੇ ਜੋ ਇਹਦਾ ਇਹਨਾਂ ਨੂੰ ਪੁੱਛਿਆ ਗਿਆ ਵੀ ਕੀ ਇਹਦਾ ਰੇਟ ਵਗੈਰਾ, ਕਹਿੰਦਾ ਜੀ 25,000 ਤੋਂ 30,000 10 ਗ੍ਰਾਮ ਦਾ ਹੈਗਾ ਰੇਟ, ਅਤੇ ਅੱਗੇ ਇਹ ਆਪਣਾ 5-10,000 ਹੋਰ ਐਡ ਕਰਕੇ ਅੱਗੇ ਸਪਲਾਈ ਕਰ ਦਿੰਦੇ। ਇਹ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇ, ਜਿਹਨਾਂ ਦੇ ਵੀ ਨਾਂ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਵੀ? ਹਾਂ ਬਿਲਕੁਲ ਜੀ, ਉਹਦੇ ਕਰ ਰਹੇ ਜੀ, ਪਹਿਲਾਂ ਜਿੰਨੇ ਵੀ ਇਹਨਾਂ ਦੇ ਸਾਨੂੰ ਡਿਟੇਲਸ ਮਿਲਣਗੀਆਂ ਜੋ ਫਿਲਹਾਲ ਸਾਡੇ ਕੋਲ ਆ ਚੁੱਕਾ, ਮੈਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦਾ, ਉਹ ਸਾਰੇ ਪਹਿਲੂ ਇਹ 'ਚ ਇਨਵੈਸਟੀਗੇਟ ਕਰਕੇ ਉਹਨਾਂ ਨੂੰ ਵੀ ਇਹਦੇ 'ਚ ਕੇਸ ਲਿਆਂਦਾ ਜਾਏਗਾ ਅਤੇ ਅਰੈਸਟ ਕੀਤਾ ਜਾਏਗਾ।